ਇੱਧਰ ਤੁਸੀਂ ਦੇਖ ਸਕਦੇ ਹੋ ਆ YouTube ਚੈਨਲ ਹੈ ਰਿਜੈਕਟਡ ਜੱਟ ਜਾ ਕੇ ਸਬਸਕ੍ਰਾਈਬ ਕਰੋ ਕਿ ਇਹ ਟਰੈਕਟਰ ਨੂੰ ਅਸੀਂ ਮੋਡੀਫਾਈ ਕਰ ਰਹੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੱਗਿਆ ਹੋਇਆ 2020 ਮਾਡਲ ਡਾ ਜੌਂਡੀਅਰ ਬੁੰਜਾ 042010 ਮਾਡਲ 10 2024 ਮਾਡਲ ਇਹ 1016 ਚੜਾਈ ਚ ਕਿੰਨਾ ਤੇ ਇੱਧਰ ਤੁਸੀਂ ਦੇਖ ਸਕਦੇ ਹੋ 916 ਜਿਹੜੀਆਂ ਥਾਰ ਗੱਡੀ ਦੇ ਗ੍ਰਿਲ ਚ ਲੱਗੀਆਂ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਸਪਿੰਨਰ ਹੈ ਉਹ ਲੱਗੇ ਹੋਏ ਐ ਸੱਸੀ ਗੱਲ ਜੀ ਸਾਰਿਆਂ ਨੂੰ ਤੇ ਸਾਰਿਆਂ ਦਾ ਵੈਲਕਮ ਹੈ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਆ ਤਿੰਨੇ ਟਰੈਕਟਰਾਂ ਬਾਰੇ ਪਹਿਲਾ ਟਰੈਕਟਰ ਖੜਾ ਨਿਊ ਹੋਲੈਂਡ 3630 ਸਪੈਸ਼ਲ ਐਡੀਸ਼ਨ 2020 ਮਾਡਲ ਤੇ ਵਿਚਾਲੇ ਖੜਾ ਜੋਂਡੀਅਰ 5204 2010 ਮਾਡਲ ਤੇ ਤੀਜੇ ਨੰਬਰ ਤੇ ਖੜਾ ਜੋਂਡੀਅਰ 5210 2024 ਮਾਡਲ ਤੇ ਤੁਸੀਂ ਦੇਖ ਸਕਦੇ ਹੋ ਮੈਂ ਕਿ ਅੱਜ ਆਪਾਂ ਗੱਲ ਕਰਾਂਗੇ ਥੋੜੀ ਡਿਟੇਲ ਚ ਨਹੀਂ ਕਰਦੇ ਮਤਲਬ ਮੋਡੀਫਿਕੇਸ਼ਨ ਬਾਰੇ ਕਰਾਂਗੇ ਵੀ ਆਪਾਂ ਟਰੈਕਟਰਾਂ ਨੂੰ ਮੋਡੀਫਾਈ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਹੋਲੈਂਡ ਤੋਂ ਤੇ ਇਹ ਚ ਮਤਲਬ ਜਿਆਦਾ ਮੋਡਿਫਿਕੇਸ਼ਨ ਨਹੀਂ ਕੀਤੀ ਸਿੰਪਲ ਜੀ ਜਿਵੇਂ ਕੀਤੀ ਵੀ ਆ ਬਾਲਾ ਓਵਰ ਹਜੇ ਕੀਤੀ ਨਹੀਂ ਤੇ ਜਿਵੇਂ ਟਾਇਰ ਦੇਖ ਸਕਦੇ ਹੋ ਤੁਸੀਂ オリジナル ਹੀ ਆ ਫਸਟ ਇਹਦਾ ਬੰਪਰ ਹੈ ਜਿਹੜਾ ਉਹ ਪਲੇਟਫਾਰਮ ਵਾਲਾ ਉਹ ਤਿਆਰ ਕਰਵਾਇਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਇੰਚੀ ਹੈ ਇਹ 28 ਇੰਚੀ ਬੰਪਰ ਆ ਪਲੇਟਫਾਰਮ ਵਾਲਾ ਤੇ ਉਧਰ ਤੁਸੀਂ ਦੇਖ ਸਕਦੇ ਹੋ ਛਤਰੀ ਨਾਲ ਦੀ ਹੈ ਜਿਵੇਂ オリジナル ਹੈ ਤੇ ਸਾਇਲੈਂਸਰ ਚੇਂਜ ਕੀਤਾ ਹੋਇਆ ਜਿਵੇਂ ਕੰਪਨੀ ਨਾਲ ਦੂਸਰਾ ਆਉਂਦਾ ਸਾਇਲੈਂਟ ਤੇ ਦੂਜਾ ਜਾਲੀ ਵਾਲਾ ਲਾਇਆ ਹੋਇਆ ਤੇ ਛਤਰੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਹਮਰ ਲੱਟਾਂ ਲੱਗੀਆਂ ਫਿਰ ਬਾਰ ਲਾਈਟ ਲੱਗੀ ਹੈ ਫਿਰ ਥੱਲੇ ਦੂਸਰੀਆਂ ਲੱਗੀਆਂ ਜਿਹੜੀਆਂ ਜਿੰਨਾਂ ਚ ਮੋਡ ਚੇਂਜ ਹੁੰਦੇ ਹੁੰਦੇ ਆ ਉਹ ਵਾਲੀਆਂ ਲਾਈਟਾਂ ਪ੍ਰੋਜੈਕਟਰ ਟਾਈਪ ਤੇ ਫਿਰ ਉਦੋਂ ਥੱਲੇ ਆ ਜੀ ਆਪਾਂ ਦੇਖ ਸਕਦੇ ਆ ਪੀਸੀਆਰ ਲਾਈਟ ਲੱਗੀ ਹੋਈ ਹੈ ਫਿਰ ਉਦੋਂ ਥੱਲੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਕੁੱਕੀ ਦਾ 12 ਇੰਚੀ ਆ ਤਿੰਨ ਸਬੂਫਰ ਤੇ ਸੱਤ ਸਪੀਕਰ ਮਗਰ ਤੁਸੀਂ ਇੱਧਰ ਦੇਖ ਸਕਦੇ ਹੋ ਓਕੇ ਰਿਪੋਰਟ ਆ ਟਰੈਕਟਰ ਪੂਰਾ ਐ ਮਤਲਬ ਸਾਫ਼ ਹੈ 2020 ਮਾਡਲ ਤੇ ਹੁਣ ਇਹਦੇ ਫਿਰ ਜਿਹੜੀ ਵੀ ਮੋਡੀਫਿਕੇਸ਼ਨ ਆਊਗੀ ਆਪਾਂ ਤੁਹਾਨੂੰ ਗਾਂਗਾ ਦਿਖਾਵਾਂਗੇ ਵੀ ਕੀ ਕੁਸ਼ ਕਰਾਵਾਂਗੇ ਤੇ ਆ ਕੋਈ ਸੀਗਾ ਇਸ ਟਰੈਕਟਰ ਦਾ ਬਾਕੀ ਇੰਜਨ ਚ ਕੋਈ ਮੋਡੀਫਿਕੇਸ਼ਨ ਨਹੀਂ ਇਹਦੇ ਤੇ ਇੱਧਰ ਹੁਣ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਜੋ 9204 ਦੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਮਤਲਬ ਇਹ ਟਰੈਕਟਰ ਜਿਵੇਂ ਸਿੰਪਲ ਹੁੰਦਾ ਸੀ 2010 ਮਾਡਲ ਹੈ ਤੇ ਇਹਦੇ ਮਤਲਬ ਕੱਪੜੇ ਵਾਲੀ ਛਤਰੀ ਲੱਗੀ ਹੁੰਦੀ ਪਹਿਲਾਂ ਤਾਂ ਆਪਾਂ ਛਤਰੀ ਲਵਾਈ ਹੋਡ ਲਵਾਇਆ ਫਿਰ ਛਤਰੀ ਜਿਹੜੀ ਸੀ ਉਹ ਕਸਟਮਾਈਜ਼ ਕਰਾ ਕੇ ਲਵਾਈ ਆਪਾਂ ਤੇ ਫਿਰ ਉਸ ਤੋਂ ਬਾਅਦ ਮਿਊਜ਼ਿਕ ਸਿਸਟਮ ਆਉ ਕੁੱਕੀ ਦਾ ਲਵਾਇਆ 16 ਇੰਚੀ ਦੋ ਬੇਸਾਂ ਤੇ ਨੌ ਸਪੀਕਰ ਹੈ ਬਾਕੀ ਫਿਰ ਇਹਦੇ ਟਾਇਰ ਵੀ ਚੇਂਜ ਕੀਤੇ ਆਪਾਂ 14928 ਪਿਛਲੇ ਆ ਰੇਡੀਅਲ ਟਾਇਰ ਯੋਕੋਹਾਮਾ ਦੇ ਅਲਾਈਅੰਸ ਦੇ ਤੇ ਅਗਲੇ ਵੀ ਯੋਕੋਹਾਮਾ ਅਲਾਈਅੰਸ ਦੇ ਟਾਇਰ 916 ਬਾਕੀ ਤੁਸੀਂ ਬੰਪਰ ਦੇਖ ਸਕਦੇ ਹੋ ਗ੍ਰਿਲ ਗਰੁੱਲ ਮਤਲਬ ਖੋਲਤੀ ਸੀ ਇਹਦੀ ਬਾਕੀ ਹੋਰ ਲਾਦੇ ਸੀਗੇ ਬੰਪਰ ਨੂੰ ਮਤਲਬ ਰੈਪ ਜਾਂ ਕਰਤਾ ਸੀਗਾ ਜਿਵੇਂ ਸਿੰਪਲ ਟਰੈਕਟਰ ਮਤਲਬ ਹੈਗਾ ਇੰਜਨ 'ਚ ਕੋਈ ਮੋਡੀਫਿਕੇਸ਼ਨ ਨਹੀਂ ਇਹਦੇ ਵੀ ਤੁਹਾਨੂੰ ਪੰਪ ਦਿਖਾ ਦਿੰਨਾ ਜਿਵੇਂ ਇਹਦਾ origignal ਪਿਆ ਹੈ ਮਤਲਬ ਕੋਈ ਰੇਸ ਨਹੀਂ ਖੋਲੀ ਕੋਈ ਕੁਝ ਨਹੀਂ ਖੋਲਿਆ ਇਹਦਾ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਤੇ ਇਹ ਹੈਗਾ ਜੁਨੀਅਰ 5210 ਇਹ ਵੀ ਜਿਵੇਂ ओरिजिनल ਡਰਾਈਵਰ ਹੈ ਤੇ ਤਿੰਨੇ ਡਰਾਈਵਰ ਮਤਲਬ ਆਪਣੇ ਹੀ ਹੈ ਤੇ ਇਹਦੇ ਬਾਰੇ ਗੱਲ ਕਰਾਂਗੇ ਵੀ ਇਹਦੇ ਜਿਹੜੇ ਟਾਇਰ ਹੈ ਉਹ ਆਪਾਂ ਚੇਂਜ ਕੀਤੇ ਆ ਪਿਛਲੇ ਪਾਏ ਆ 16928 ਰੇਡੀਅਲ ਅਗਲੇ ਪਾਏ ਆ 1016 ਤੇ ਯੋਕੋਹਾਮਾ ਲਾਇਸ ਦੇ ਇਹ ਵੀ ਬਹੁਤ ਘੈਂਟ ਟਾਇਰ ਹੈ ਤੁਸੀਂ ਦੇਖ ਸਕਦੇ ਹੋ ਚੜਾਈ ਵਿੱਚ ਕਿੰਨਾ ਤੇ ਇੱਧਰ ਤੁਸੀਂ ਦੇਖ ਸਕਦੇ ਹੋ 916 ਇੰਨਾ ਫਰਕ ਹੁੰਦਾ ਹੈ ਟਾਇਰਾਂ 'ਚ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਧਰ 14928 ਇੱਧਰ 16928 ਕਿੰਨਾ ਫਰਕ ਆ ਮਤਲਬ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਬਾਕੀ ਇਹ ਟਰੈਕਟਰ ਨੂੰ ਅਸੀਂ ਮੋਡੀਫਾਈ ਕਰ ਰਹੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਕੀ ਕੁਝ ਲੱਗਿਆ ਹੋਇਆ ਆ ਉਹ ਵਾਲੀਆਂ ਲਾਈਟਾਂ ਹੂਆ ਜਿਹੜੀਆਂ ਥਾਰ ਗੱਡੀ ਦੇ ਹੁੰਦੀਆਂ ਹੁੰਦੀਆਂ ਤੇ ਉਹ ਗ੍ਰਿਲ ਚ ਲੱਗਦੀ ਹੁੰਦੀ ਜਿਹੜੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਫਿਲਟਰ ਗਾਰਡ ਇੱਧਰ ਮਡ ਗਾਰਡ ਤੇ ਤੇ ਇੱਧਰ ਜਿਹੜਾ ਪੈਰਦਾਨ ਹੁੰਦਾ ਟਰੈਕਟਰ ਦਾ ਤੇ ਦੇਖ ਸਕਦੇ ਹੋ ਕਿੰਨਾ ਕਹਿਣ ਲੱਗਦਾ ਆ ਲਾਈਟਾਂ ਤੁਸੀਂ ਦੇਖ ਸਨੋ ਜਿਹੜੀਆਂ ਥਾਰ ਗੱਡੀ ਦੇ ਗ੍ਰਿਲ ਚ ਲੱਗੀਆਂ ਹੁੰਦੀਆਂ ਰਾਤ ਨੂੰ ਪੂਰਾ ਮਤਲਬ ਇਹਨਾਂ ਦਾ ਗਲੋ ਜਿਹੜਾ ਹੁੰਦਾ ਉਹ ਪੂਰਾ ਦਿਖਦਾ ਦੂਰੋਂ ਹੀ ਪਤਾ ਲੱਗ ਜਾਂਦਾ ਤੇ ਬਾਕੀ ਜਿਹੜੀ ਇਹਦੀ ਛਤਰੀ ਆ ਉਹ ਹਜੇ ਲਾਉਣੀ ਐ ਕੱਲੀ ਯੂ ਪਾਇਪ ਤੇ ਮਿਊਜ਼ਿਕ ਸਿਸਟਮ ਫਿੱਟ ਕੀਤਾ ਉਹ ਤਿਆਰ ਹੋਈ ਜਾਂਦਾ ਡਾਊਨ ਸੀਲਿੰਗ ਦੇ ਨਾਲ ਹੀ ਤਿਆਰ ਹੋ ਕੇ ਆਊਗਾ ਤੇ ਇਧਰ ਤੁਸੀਂ ਦੇਖ ਸਕਦੇ ਹੋ ਜਿਹੜੇ ਸਪਿੰਨਰ ਐ ਉਹ ਲੱਗੇ ਹੋਏ ਐ ਘੁੰਮਦੇ ਐ ਵੀ ਮਤਲਬ ਇਹਨਾਂ ਦੇ ਇੱਥੇ ਵੇਟ ਪਾਇਆ ਹੋਇਆ ਹੈ। ਇਹ ਬੈਲੈਂਸ ਰਹਿੰਦੀ ਹੈ। ਜਿਹੜਾ ਰੋਲਸ ਰੋਇਲਸ ਗੱਡੀ ਦੇ ਜਿਵੇਂ ਉਹ ਲੋਗੋ ਹੁੰਦਾ ਉਹ ਸਿੱਧਾ ਹੀ ਰਹਿੰਦਾ ਗੱਡੀ ਜਿੰਨੀ ਵੀ ਮੱਦੀ ਚੱਲੀ ਜਾਵੇ। ਉਹ ਹੀ ਹਿਸਾਬ ਹੈ ਇਹਦੇ ਵੀ। ਜੱਟਾ ਨੇ ਇਹ ਵੀ ਜਗੜ ਤਕੜਾ ਕੀਤਾ ਤੇ ਬਾਕੀ ਜੇ ਤੁਹਾਨੂੰ ਇੱਕ ਮਤਲਬ ਡਿਟੇਲ ਵੀਡੀਓ ਵੀ ਲੈ ਕੇ ਦਵਾਂਗੇ ਆਪਾਂ ਇਹਨਾਂ ਚੀਜ਼ਾਂ ਦਾ ਕੀ ਪ੍ਰਾਈਸ ਹੈ ਕੀ ਕੁਝ ਹੈ। ਮਤਲਬ ਇਹ ਆਪਾਂ ਹੀ ਮਤਲਬ ਬਣਾਉਨੇ ਆ ਤੇ ਜੇ ਤੁਹਾਨੂੰ ਵੀ ਚਾਹੀਦਾ ਇਹ ਚੀਜ਼ ਤਾਂ ਸਾਨੂੰ ਦੱਸ ਦਿਓ ਕਮੈਂਟਾਂ 'ਚ। ਫਿਰ ਅਸੀਂ ਡਿਟੇਲ 'ਚ ਵੀਡੀਓ ਲੈ ਤੁਹਾਨੂੰ ਪ੍ਰਾਈਸ ਵੀ ਦੱਸ ਦਾਂਗੇ। ਭਾਈ ਤੁਸੀਂ ਦੇਖ ਸਕਦੇ ਹੋ। ਹਾਈਡਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਫਰਕ ਆ ਇੱਧਰ 52 504 ਇੱਧਰ 52 10 14 ਨੋ 28 ਦੇ ਟਾਇਰ ਦੇ ਰੇਡੀਅਲ ਚ ਦੋਨੇ ਰੇਡੀਅਲ ਜਿਹੜੇ ਕਹਿੰਦੇ ਹੁੰਦੇ ਨੇ ਕਿੰਨਾ ਕੁ ਚਾਹੀਦਾ ਫਰਕ ਉਹ ਇੰਨਾ ਕੁ ਪੈਂਦਾ ਬਈ ਇੰਨਾ ਕੁ ਫਰਕ ਪੈਂਦਾ 53 10 ਹੁੰਦਾ ਫਿਰ ਉਹ ਇਹਦੇ ਬਰੋਬਰ ਹੀ ਹੁੰਦਾ ਸੀ ਉਹ ਟਰੈਕਟਰ ਦੇ ਟਾਇਰ ਤੋਂ ਨਾਲੇ ਬਾਹਰ ਨਹੀਂ ਕੱਢੇ ਹੋਏ ਉਹ ਨੋਵੇਂ ਅੰਦਰ ਕੰਪਨੀ ਫਿਊਲ ਹੁਣ ਇਹਦੇ ਬਾਹਰ ਕੱਢਨੇ ਆ ਟਾਇਰ ਕਈ ਵਾਰੀ ਮਤਲਬ ਟਰੈਕਟਰ ਇਹ ਇਹ ਤਾਂ ਜ਼ਿਆਦਾ ਨਹੀਂ ਕਰਦਾ ਮਤਲਬ ਆਏ ਆ ਜਿਵੇਂ ਹਾਲ ਹੁਲ ਦਾ ਆਪਾਂ ਕਲਟੀਵੇਟਰ ਪਾ ਲੈਨੇ ਆ ਇਹ ਤਾਂ ਨਹੀਂ ਜ਼ਿਆਦਾ ਕਰਦਾ ਵੇਟ ਵੂਟ ਪਾਏ ਹੋਏ ਪਰ ਜਿਹੜਾ ਹੋਲੈਂਡ ਆ ਉਹ ਕਰਦਾ ਉਹਦੇ ਟੈਰ ਬਾਹਰ ਕੱਢਾਂਗੇ ਬਾਕੀ ਜੇ 5204 ਇਹਦਾ ਤਾਂ ਜੋਰ ਇੰਨਾ ਲਵਾਈਦਾ ਹੀ ਨਹੀਂ 50 ਐਚਪੀ ਦਾ ਹਿਸਾਬ ਦੇ ਨਾਲ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਆ ਆਪਣੀ ਇੰਸਟਾਗ੍ਰam ਆਈਡੀ ਆ ਤੁਸੀਂ ਫੋਲੋ ਕਰ ਲਓ ਡਕੇ 5204 ਵਾਲੇ ਇਹਦੀ ਆਈਡੀ ਹੈਗੀ ਆ ਡਕੇ 5210 ਵਾਲੇ ਤੇ ਇਹਦੀ ਆਈਡੀ ਆ ਰੀ ਡਕੇ 3630 ਵਾਲੇ ਇਹ ਤਿੰਨੇ ਆਈਡੀਆਂ ਆਪਣੀਆਂ ਤੇ ਤਿੰਨੇ ਟਰੈਕਟਰ ਆਪਣੇ ਆ ਤੇ ਜਾ ਕੇ ਤੁਸੀਂ ਫੋਲੋ ਕਰੋ ਸਪੋਰਟ ਕਰੋ ਫਰ ਹੋਰ ਘੈਂਟ ਘੈਂਟ ਵੀਡੀਓ ਆਪਾਂ ਲੈ ਕੇ ਆਵਾਂਗੇ ਪਰਫਾਰਮੈਂਸ ਤੇ ਵੀ ਆਪਾਂ ਪੌਣੀ ਹੁੰਨੇ ਆ ਸਾਲ ਹੋ ਗਿਆ ਆਪਾਂ ਨੂੰ ਪਾਉਂਦਿਆਂ ਨੂੰ ਵੀਡੀਓ ਨੂੰ YouTube ਤੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ YouTube ਚੈਨਲ ਇੱਧਰ ਤੁਸੀਂ ਦੇਖ ਸਕਦੇ ਹੋ ਆ YouTube ਚੈਨਲ ਹੈ ਰਿਜੈਕਟਡ ਜੱਟ ਜਾ ਕੇ ਸਬਸਕ੍ਰਾਈਬ ਕਰੋ ਇਹ ਤੇ 3630 ਤੇ ਆਪਣੇ ਸਾਰੇ ਟਾਈਟਲਾਂ ਦੀ ਵੀਡੀਓ ਆਉਂਦੀਆਂ ਇਹਦਾ YouTube ਚੈਨਲ ਵੀ ਹੈਗਾ ਬਰਾਡ ਫਾਰਮਰ ਦੇ ਨਾਂ ਤੋਂ ਆਪਾਂ ਜਿਹਦੇ ਤੁਸੀਂ ਵੀਡੀਓ ਦੇਖ ਰਹੇ ਜਿਹਦੇ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਇਹਨੂੰ ਵੀ ਸਬਸਕ੍ਰਾਈਬ ਕਰ ਲਓ ਬੈਲ ਨੋਟੀਫਿਕੇਸ਼ਨ ਕਰ ਲਿਓ ਔਨ ਉਹ ਕਈਆਂ ਦਾ ਔਨ ਨਹੀਂ ਹੁੰਦਾ ਫਿਰ ਜਿਹਦੇ ਕਰਕੇ ਤੁਹਾਨੂੰ ਪਤਾ ਨਹੀਂ ਲੱਗਦਾਗਾ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰ ਲਓ ਨੋਟੀਫਿਕੇਸ਼ਨ ਨਾਲ ਨਾਲ ਪਹੁੰਚ ਜਾਂਦੀ ਹੈ ਜਦੋਂ ਵੀਡੀਓ ਪਾਉਂਗਾ ਸੀ ਇੱਧਰ ਤੁਸੀਂ ਦੇਖ ਸਕਦੇ ਹੋ 5210 ਇਹਨੂੰ ਪੂਰਾ ਮੋਡੀਫਾਈ ਕਰਨਾ ਫਿਰ ਡਾਊਨ ਸੀਲਿੰਗ ਪੂਰੀ ਰੈਡੀ ਕਰਕੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਕਮੈਂਟ ਕਰਕੇ ਦੱਸੋ ਤਿੰਨੇ ਟਰੈਕਟਰ ਕਿਵੇਂ ਲੱਗਦੇ ਆ ਕਿ ਜਿਹੜਾ ਆ ਟਰੈਕਟਰ ਹੈ ਤੁਹਾਨੂੰ ਪਤਾ ਹੀ ਹੈ ਮਾਰਕੀਟ ਚ ਬਹੁਤ ਜ਼ਿਆਦਾ ਆ ਗਏ 5210 ਅੱਜ ਦੀ ਟਾਈਮ 'ਚ ਵੀ ਵੀ ਕੀ ਜਾਂਦੇ ਆ ਮਤਲਬ 5405 ਤੇ 5075 ਨੂੰ ਇੰਨਾ ਨਹੀਂ ਮਤਲਬ ਪੁੱਛਦੇ ਲੋਕ ਇਹਦੀ ਮਾਰਕੀਟ ਜਿਆਦੇ ਆ ਤੇ ਲੋਕ ਇਹਨੂੰ ਜਿਆਦਾ ਲੈਂਦੇ ਆ ਇਹਦਾ ਰੀਜ਼ਨ ਵੀ ਆਪਾਂ ਦੱਸਾਂਗੇ ਕਿਸੇ ਵੀਡੀਓ 'ਚ ਵੀ ਕਿਉਂ ਲੋਕ ਇਹਨੂੰ ਜਿਆਦਾ ਲੈਂਦੇ ਆ ਇੱਕ ਤਾਂ ਮੇਨ ਹੈਗਾ ਵੀ ਗੇਅਰ ਪ੍ਰੋ ਆ ਇਹ ਸੁਪਰ ਸੀਡਰ ਤੇ ਸਲੋ ਗੇਅਰ ਤੇ ਚੱਲਦਾ ਪੀਟੀਓ ਤਕੜੀ ਹੈ ਥੋੜਾ ਜਿਹਾ ਇਹ ਵੀ ਹੋ ਗਿਆ ਤੇ ਆਹਲੇ ਟਰੈਕਟਰ ਜਿਵੇਂ ਪੁਰਾਣੇ ਸੀਗੇ ਥੋੜੇ 2010 ਮਾਡਲ ਉਹ ਤੋਂ ਕੁਝ ਆਇਆ ਨਹੀਂ ਸੀ ਤੇ ਤਾਂ ਕਰਕੇ ਫਿਰ ਇਹਨਾਂ ਦੇ ਏਬੀ ਗੇਅਰ ਹੁੰਦੇ ਆ ਇਹਦੇ ਏਬੀਸੀਡੀ ਚਾਰ ਗੇਅਰ ਹੁੰਦੇ ਆ ਜਿਹੜੇ ਜ ਮਰਜ਼ੀ ਚਲਾ ਲ ਇਹ ਫਰਕ ਹੈ ਬਾਕੀ ਇਧਰ 36ਤੀ ਖੜਾ ਹੈ ਇਹਦੇ ਵੀ ਸਾਰੇ ਗੇਅਰ ਹੁੰਦੇ ਆ 2020 ਮਾਡਲ ਆ ਇਹ ਇਹ ਵੀ ਬਹੁਤ ਤਕੜਾ ਟਰੈਕਟਰ ਹੈ 55 ਐਚਪੀ ਚ ਥਾਈ ਲੋ ਮੀਡੀਅਮ ਐਚ ਵੀ ਹੁੰਦੇ ਆ ਬਾਕੀ ਆਉਣ ਵਾਲੇ ਟਾਈਮ ਚ ਜੋ ਵੀ ਮੋਡੀਫਿਕੇਸ਼ਨ ਆਪਾਂ ਕਰਾਂਗੇ ਜਾਂ ਉਹ ਨਾਲੇ ਮਤਲਬ ਦਿਨਾਂ ਚ ਤੇ ਉਹ ਤੁਹਾਨੂੰ ਫਿਰ ਵੇਖਣ ਨੂੰ ਮਿਲਣਗੀਆਂ ਚਲੋ ਫਿਰ ਮਿੱਤਰੋ ਮਿਲਦੇ ਆਪਾਂ ਹੋਰ ਕੋਈ ਕੈਂਟ ਜੇ ਵਲੌਗ ਚ ਤੇ YouTube ਚੈਨਲ ਨੂੰ ਆਪਣ ਨੂੰ ਕਰ ਲਿਓ ਸਬਸਕ੍ਰਾਈਬ